ਬਾਬਾ ਨਾਨਕ ਸਿੰਘ ਜੀ ਆ ਦੇਹਰਾਦੂਨ ਭਗਤੀ ਆਉਂਦੇ ਸੀ ਪੌਂਦਾ ਸਾਹਿਬ, ਬਾਬਾ ਈਸ਼ਰ ਸਿੰਘ ਜੀ ਨਾਲ ਸੀ। ਰਸਤੇ ਵਿੱਚ ਜੰਗਲ ਦਾ ਇਲਾਕਾ, ਇੱਕਦਮ ਗੱਡੀਆਂ ਰੁਕਵਾਈਆਂ ਅਤੇ ਜੰਗਲ ਦੇ ਵਿੱਚ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਨੂੰ ਕਹਿੰਦੇ, ਈਸ਼ਰ ਭੁੱਖ ਲੱਗੀ ਹੈ ਪ੍ਰਸ਼ਾਦਾ ਖਵਾ। ਬਾਬਾ ਈਸ਼ਰ ਸਿੰਘ ਜੀ ਜੂਰੀ ਸੇਵਾ ਵਾਲੇ ਸਨ। ਉਸੇ ਵੇਲੇ ਆਖਿਆ ਜੀ ਸੱਤ ਵਚਨ, ਨਾ ਪ੍ਰਸ਼ਾਦਾ ਹੈਗਾ, ਨਾ ਕੋਈ ਇੰਤਜ਼ਾਮ ਹੈ, ਜੰਗਲ ਵਿੱਚ ਗੱਡੀਆਂ ਰੁਕਵਾ ਲਈਆਂ, ਕੋਈ ਆਲੇ ਦੁਆਲੇ ਦੁਕਾਨ ਨਹੀਂ, ਕੋਈ ਪਿੰਡ ਨਹੀਂ, ਕੋਈ ਕੁਛ ਨਹੀਂ, ਕੋਈ ਘਰ ਨਹੀਂ, ਪ੍ਰਸ਼ਾਦਾ ਕਿੱਥੋਂ ਖਵਾਈਏ। ਪਰ ਤਾਂ ਵੀ ਰਸਨਾ ਤੋਂ ਕਿਹਾ ਜੀ ਸੱਤ ਵਚਨ। ਉਸੇ ਵੇਲੇ ਜਦੋਂ ਸੱਤ ਵਚਨ ਕਹਿ ਦੋਗੇ, ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਵਰਤਾਉਂਦੇ ਜੇ, ਆਖੋ ਵਾਹਿਗੁਰੂ, ਸਾਰੇ ਆਖੋ ਜੀ। ਸੇਵਾਦਾਰ ਕਦੀ ਨੰਨਾ ਨਹੀਂ ਪੜਦਾ, ਨਾ ਨਹੀਂ ਕਰਦਾ, ਨੰਨੇ ਦਾ ਮਤਲਬ ਹੁੰਦਾ ਨਾ ਨਹੀਂ ਕਰਨੀ। ਉਸੇ ਵੇਲੇ ਕਿਰਪਾ ਹੋ ਗਈ ਹੈ। ਬਾਬਾ ਈਸ਼ਰ ਸਿੰਘ ਜੀ ਤਬਲੇ ਵਾਲੇ ਨੂੰ ਪੁੱਛਦੇ ਨੇ, ਉਹ ਤੇਰੇ ਕੋਲ ਤਬਲਾ ਹੈਗਾ? ਕਹਿੰਦਾ ਜੀ ਹਾਂ ਹੈਗਾ। ਕਹਿੰਦੇ ਤਬਲੇ ਵਾਲਾ ਆਟਾ ਵੀ ਹੋਣਾ? ਆਖੋ ਵਾਹਿਗੁਰੂ। ਹੁਣ ਅੱਜ ਕੱਲ੍ਹ ਜਿਹੜੇ ਆ ਤਬਲੇ ਸਾਡੇ ਰਾਗੀ ਸਿੰਘ ਵਜਾਉਂਦੇ ਨੇ, ਇਹ ਛੋਟੇ ਆ। ਜਿਹੜੇ ਮਹਾਂਪੁਰਸ਼ਾਂ ਦੇ ਸਥਾਨ 'ਤੇ ਹੁਣ ਵੀ ਬਾਬਾ ਰਣਜੀਤ ਸਿੰਘ ਨੇ ਜਿਹੜਾ ਤਬਲਾ ਵੱਜਦਾ ਪਾਈ ਨਾ, ਉੱਚੇ ਤਬਲੇ ਹੁੰਦੇ ਆ, ਉਹਨਾਂ ਦੇ ਨਾਲ ਆ ਕਾਲੀ ਟਿੱਕੀ ਨਹੀਂ ਲੱਗਦੀ, ਉਹਨਾਂ ਦੇ ਨਾਲ ਨਾ ਆਟਾ ਗੁੰਨਿਆ ਲੈ ਕੇ ਆਉਂਦੇ ਨੇ, ਉਹ ਆਟਾ ਲਾਉਂਦੇ ਨੇ, ਆਖੋ ਵਾਹਿਗੁਰੂ। ਅਤੇ ਉਹ ਕੀਰਤਨੀਏ ਨਾਲ ਸੀ, ਆਟਾ ਕੋਲੇ ਵਿੱਚ ਗੁੱਝਿਆ ਹੈਗਾ ਸੀ। ਕਹਿੰਦਾ ਜੀ ਆਟਾ ਹੈਗਾ? ਕਹਿੰਦੇ ਗੱਲ ਬਣ ਗਈ, ਲੱਕੜਾਂ ਤੋੜੀਆਂ, ਹੁਣ ਜੰਗਲ ਹੈਗਾ ਸੀ, ਲੱਕੜਾਂ ਤੋੜੀਆਂ, ਲੱਕੜਾਂ ਤੋੜ ਕੇ ਅੱਗ ਬਾਲੀ, ਅਤੇ ਕਈ ਕਾਰ ਸੇਵਾ ਵਾਲੀ ਕਈ ਨਾਲ ਹੈਗੀ ਸੀ, ਕਈ ਦਾ ਦਸਤਾ ਲਾਇਆ ਅਤੇ ਕਈ ਨੂੰ ਚੰਗੀ ਤਰ੍ਹਾਂ ਮਾਂਜਿਆ, ਕਈ ਦਾ ਜਿਹੜਾ ਜਿਹੜਾ ਲੋਹੇ ਵਾਲਾ ਹਿੱਸਾ ਹੁੰਦਾ, ਕਹਿੰਦੇ ਉਹਨੂੰ ਬਣਾਇਆ ਤਵਾ, ਅੱਗ 'ਤੇ ਬਾਲਿਆ, ਕਹਿੰਦੇ ਆਟਾ ਤਵਲੇ ਵਾਲਾ ਗੁੰਨਿਆ ਨਾਲ ਸੀ, ਕਹਿੰਦੇ ਪੇੜਾ ਬਣਾ ਕੇ ਅਤੇ ਸੇਕਣਾ ਲਾ ਦਿੱਤਾ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਜੋ ਰੁੱਖਾ ਮਿੱਸਾ ਪ੍ਰਸ਼ਾਦਾ ਨਾਲ ਸੀ, ਇਹ ਮੈਂ ਇਤਿਹਾਸ ਪੜ੍ਹਿਆ ਕਿ ਮਿਸ਼ਰੀ ਜਿਹੜੀ ਪ੍ਰਸ਼ਾਦ ਵਾਲੀ ਹੁੰਦੀ ਹੈ, ਉਹ ਪੀਸ ਕੇ ਪਾ ਦਿੱਤੀ, ਖੰਡ ਵਾਲੀ ਪਰੌਂਠੀ ਬਣਾ ਕੇ ਬਾਬਾ ਜੀ ਨੂੰ ਪੇਸ਼ ਕਰ ਦਿੱਤੀ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਐਵੇਂ ਨਹੀਂ ਮਰਤਬੇ ਮਿਲਦੇ, ਸੇਵਾ ਨੂੰ ਭਾਗ ਲੱਗਦੇ ਨੇ। ਜੇ ਕੋਈ ਸੱਤ ਵਚਨ ਕਵੇ, ਉਹ ਪਰਿਵਾਰ ਨਾ ਪਸੰਦ ਨਹੀਂ ਆਇਆ, ਬੱਚਾ ਝੋਲੀ 'ਚ ਰੱਖਿਆ, ਕਹਿੰਦੇ ਨਾ ਰੱਖ ਦਿਓ, ਬਾਬਾ ਜੀ ਕਹਿੰਦੇ ਝੰਡਾ ਸਿੰਘ, ਹੁਣ ਨਾ ਪਸੰਦ ਨਹੀਂ ਆਇਆ। ਜਦੋਂ ਪਸੰਦ ਨਾ ਨਾ ਆਇਆ, ਪਰਿਵਾਰ ਸੰਗਤ ਕਰਨ ਵਾਲਾ ਸੀ, ਉਹਨੂੰ ਪਤਾ ਸੀ ਨਾ ਨਹੀਂ ਕਰਨੀ, ਆਖਿਆ ਜੀ ਸੱਤ ਵਚਨ, ਨਾ ਰੱਖਤਾ ਜੀ ਝੰਡਾ ਸਿੰਘ। ਉਹ ਪਰਿਵਾਰ ਬੱਚੇ ਨੂੰ ਲੈ ਆ। ਹੁਣ 2 ਸਾਲ ਬੀਤੇ, ਉਹਨਾਂ ਘਰ ਨਾਲ ਦੂਜਾ ਬੱਚਾ ਹੋਇਆ, ਹੈ ਮਹਾਂਪੁਰਸ਼, ਦੂਜਾ ਬੱਚਾ ਹੋਇਆ। ਜਦੋਂ ਦੂਜਾ ਬੱਚਾ ਹੋਇਆ ਨਾ, ਉਹ ਫਿਰ ਪਰਿਵਾਰ ਬੱਚਾ ਨਾ ਬਾਬਾ ਜੀ ਕੋਲ ਲੈ ਕੇ ਆਏ, ਬਾਬਾ ਰਾਮ ਸਿੰਘ ਕੋਲ ਜੀ, ਬਾਬਾ ਜੀ ਇਹਦਾ ਵੀ ਨਾਂ ਰੱਖੋ। ਜਦੋਂ ਦੂਜਾ ਬੱਚਾ ਮਹਾਂਪੁਰਸ਼ਾਂ ਦੀ ਝੋਲੀ 'ਚ ਪਾਇਆ, ਉਹਨਾਂ ਨੇ ਬੱਚੇ ਦਾ ਮਸਤਕ ਪੜ੍ਹਿਆ, ਸਿਰ 'ਤੇ ਹੱਥ ਰੱਖਿਆ, 2 ਮਿੰਟ ਨੇਤਰ ਫਿਰ ਬੰਦ ਕੀਤੇ, ਕਹਿੰਦੇ ਕੀ ਕਰਨਾ? ਕਹਿੰਦੇ ਜੀ ਨਾਂ ਰੱਖੋ। ਬਾਬਾ ਜੀ ਕਹਿੰਦੇ ਚੰਗਾ, ਫਿਰ ਇਹਦਾ ਨਾਂ ਰੱਖ ਦਿਓ ਝੰਡਾ ਸਿੰਘ। ਉਹ ਪਰਿਵਾਰ ਨਾ ਹੁਣ ਮੂੰਹ ਤੱਕੇ ਇੱਕ ਦੂਜੇ ਦਾ, ਵੀ 2 ਸਾਲ ਪਹਿਲੇ ਜਿਹੜਾ ਬੱਚਾ ਹੋਇਆ ਵੱਡਾ, ਉਹਦਾ ਵੀ ਨਾਂ ਝੰਡਾ ਸਿੰਘ, ਇਹਦਾ ਵੀ ਝੰਡਾ ਸਿੰਘ। ਉਹਨਾਂ ਕਿਹਾ ਵੀ ਬਾਬਾ ਜੀ ਨੂੰ ਪਤਾ ਨਹੀਂ ਹੋਣਾ। ਕਹਿੰਦੇ ਬਾਬਾ ਜੀ ਪਹਿਲੇ ਬੱਚੇ ਦਾ ਨਾਂ ਵੀ ਝੰਡਾ ਸਿੰਘ ਹੈ, ਇਹਦਾ ਨਾਂ ਕੋਈ ਹੋਰ ਰੱਖ ਦਿਓ। ਉਹ ਕਹਿੰਦੇ ਨਹੀਂ, ਇਹਦਾ ਵੀ ਝੰਡਾ ਹੀ ਰੱਖਣਾ। ਆਖੋ ਵਾਹਿਗੁਰੂ। ਹੁਣ ਤੁਸੀਂ ਸੋਚੋ, ਇਮੈਜਿਨ ਕਰੋ, ਇੱਕੋ ਪਰਿਵਾਰ ਹੋਵੇ, 2 ਬੱਚੇ ਹੋਣ, ਦੋਨਾਂ ਦਾ ਨਾਂ ਝੰਡਾ ਸਿੰਘ ਚੱਲ ਸਕਦਾ? ਨਹੀਂ ਚੱਲੇਗਾ। ਉਹ ਪਰਿਵਾਰ ਨੇ ਬੇਨਤੀ ਕੀਤੀ, ਬਾਬਾ ਜੀ ਬੜੀ ਮੁਸ਼ਕਲ ਹੋਏਗੀ, ਇੱਕ ਨੂੰ ਬੁਲਾਵਾਂਗੇ ਦੂਜਾ ਆਏਗਾ, ਦੂਜੇ ਨੂੰ ਕਹਾਂਗੇ ਪਹਿਲਾਂ ਆ ਜਾਏਗਾ, ਨਾ ਕੁਝ ਹੋਰ ਰੱਖ ਦਿਓ। ਬਾਬਾ ਜੀ ਕਹਿੰਦੇ ਨਹੀਂ, ਨਾ ਝੰਡਾ ਹੀ ਰੱਖਣਾ, ਜੇ ਮੁਸ਼ਕਲ ਹੁੰਦੀ ਹੈ ਪਹਿਲੇ ਦਾ ਵੱਡਾ ਝੰਡਾ ਕਹਿ ਲਿਆ ਕਰੋ, ਦੂਜੇ ਨੂੰ ਛੋਟਾ ਝੰਡਾ ਕਹਿ ਲਿਆ ਕਰੋ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਐਵੇਂ ਨਹੀਂ ਆਖਿਆ ਗੁਰੂ ਅਰਜਨ ਦੇਵ ਜੀ ਨੇ, ਸਾਧ ਜਨਾ ਕੀ, ਸਾਰੇ ਬੋਲੋ ਸਾਧ ਜਨਾ ਕੀ ਅਚਰਜ ਕਥਾ। ਹੁਣ ਪਰਿਵਾਰ ਆ ਗਿਆ, ਭਾਵੇਂ ਮੂੰਹ ਛੂੰਹ ਬਣਿਆ ਉਹਨਾਂ ਦਾ, ਆ ਗਏ। ਹੁਣ ਇੱਕ ਨੂੰ ਵੱਡਾ ਝੰਡਾ, ਦੂਜੇ ਨੂੰ ਛੋਟਾ ਝੰਡਾ, ਮੁਸ਼ਕਲ ਬਹੁਤ ਆਉਂਦੀ ਹੈ। ਉਹ ਵੱਡੇ ਨੂੰ ਬੁਲਾਉਂਦੇ ਨੇ, ਛੋਟਾ ਆ ਜਾਂਦਾ, ਛੋਟੇ ਨੂੰ ਬੁਲਾਉਂਦੇ, ਵੱਡਾ ਆ ਜਾਂਦਾ। 2-3 ਸਾਲ ਲੰਘੇ, ਹੁਣ ਅੱਜ ਕੱਲ੍ਹ ਤਾਂ ਫੈਮਿਲੀ ਪਲੈਨਿੰਗ ਚੱਲਦੀ ਹੈ, ਪਹਿਲੇ ਸੁੱਖ ਨਾਲ ਜਦੋਂ ਦੀ ਗੱਲ ਕਰ ਰਹੇ ਹਾਂ ਉਦੋਂ 8-8, 10-10 ਬੱਚੇ ਹੁੰਦੇ ਸੀ। 2 ਸਾਲ ਲੰਘੇ, 3ਜਾ ਬੱਚਾ ਹੋ ਗਿਆ, ਉਹ ਵੀ ਮੁੰਡਾ,
ਤੇ ਹੁਣ ਪਰਿਵਾਰ ਪਤਾ ਕੀ ਕਹਿੰਦਾ, ਹੁਣ ਨਹੀਂ ਬਾਬਿਆਂ ਕੋਲ ਜਾਣਾ, ਆਖੋ ਵਾਹਿਗੁਰੂ ਵੀ ਹੁਣ ਨਹੀਂ ਜਾਣਾ ਬਾਬਿਆਂ ਕੋਲ, ਇਹ ਤੀਜਾ ਬੱਚਾ ਲੈ ਗਏ ਤੇ ਬਾਬਾ ਜੀ ਨੇ ਇਹਦਾ ਨਾਂ ਵੀ ਝੰਡਾ ਸਿੰਘ ਰੱਖ ਦੇਣਾ, ਅਸੀਂ ਇਹਦਾ ਨਾਂ ਆਪੇ ਹੀ ਰੱਖ ਲੈਂਦੇ ਹਾਂ। ਉਹ ਤੀਜੇ ਦਾ ਨਾਂ ਨਾ ਆਪੇ ਹੀ ਰੱਖ ਲਿਆ ਉਹਨਾਂ ਨੇ, ਉਹਦਾ ਨਾਂ ਰੱਖਿਆ ਚੰਨ। ਹੈਂਜੀ, ਆ ਚੰਦ। 2 ਸਾਲ ਬਾਅਦ ਚੌਥਾ ਮੁੰਡਾ ਹੋਇਆ, ਉਹਦਾ ਨਾਂ ਵੀ ਆਪੇ ਹੀ ਰੱਖ ਲਿਆ ਤਾਰਾ ਸਿੰਘ। ਹੁਣ ਧਿਆਨ ਦੇਣਾ, ਹੁਣ ਸਮਾਗਮ ਹੋਇਆ, ਪਰਿਵਾਰ ਸਾਰਾ ਇਕੱਠਾ ਮਹਾਂਪੁਰਸ਼ਾਂ ਦੇ ਸਮਾਗਮ 'ਤੇ ਆਇਆ ਬਾਬਾ ਰਾਮ ਸਿੰਘ ਜੀ ਪੁੱਛੋ ਮੰਡੀ ਵਾਲੇ। ਅਤੇ ਜਦੋਂ ਪ੍ਰਸ਼ਾਦ ਲੈਣ ਲਈ ਭੁਗਤੇ ਅਤੇ ਪ੍ਰਸ਼ਾਦ ਲੈਂਦੇ ਪਏ ਨੇ, ਬੱਚੇ ਰੋਲਾ ਪਾਉਣ ਸ਼ਰਾਰਤਾਂ ਕਰਨ, ਅਤੇ ਘਰ ਦੀ ਜਨਾਨੀ ਨੇ ਨਾ ਝਿੜਕਾਂ ਮਾਰੀਆਂ ਵੀ ਚੰਦ ਨਾ ਕਰ, ਵੀ ਤਾਰਿਆ ਨਾ ਕਰ, ਰੋਲਾ ਪਾਉਂਦੇ ਪਏ ਸੀ। ਹੁਣ ਪਰਿਵਾਰ ਕਈਆਂ ਨੂੰ ਪਤਾ ਨਹੀਂ ਹੁੰਦਾ, ਕਈ ਅਸੀਂ ਸਮਝਦੇ ਮਹਾਂਪੁਰਸ਼ਾਂ ਨੂੰ ਸ਼ਾਇਦ ਸਾਡਾ ਯਾਦ ਹੋਏਗਾ ਕਿ ਨਹੀਂ ਯਾਦ, ਪਰ ਯਾਦ ਰੱਖਣਾ ਜਿਹੜੇ ਕਮਾਈ ਵਾਲੇ ਮਹਾਂਪੁਰਖ ਨੇ। ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਆਖਦੇ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਜਿਹੜੇ ਪੱਕੇ ਮਹਾਂਪੁਰਸ਼ ਨੇ ਪੂਰਨ ਕਮਾਈ ਵਾਲੇ, ਉਹਨਾਂ ਨੂੰ ਸਾਡਾ ਸਾਰੀ ਖਬਰ ਹੁੰਦੀ ਜੇ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਰੋਲਾ ਪਾਇਆ ਬੱਚਿਆਂ ਨੇ, ਜਨਾਨੀ ਨੇ ਆਖਿਆ, ਘਰ ਦੀ ਜਿਹੜੀ ਮਾਂ ਸੀ ਉਹਨੇ ਆਖਿਆ ਚੰਦ ਨਾ ਕਰ, ਤਾਰੇ ਨਾ ਕਰ। ਅਤੇ ਬਾਬਾ ਰਾਮ ਸਿੰਘ ਜੀ ਕਹਿਣ ਲੱਗੇ, ਓਏ ਇਹ ਚੰਦ ਤਾਰੇ ਕਿੱਥੋਂ ਆ ਗਏ, ਤੁਹਾਨੂੰ ਤਾਂ ਝੰਡੇ ਦਿੱਤੇ ਸਨ। ਆਖੋ ਵਾਹਿਗੁਰੂ, ਉਹਨਾਂ ਨੂੰ ਸਾਰਾ ਪਤਾ ਸੀ ਵੀ ਤੁਹਾਨੂੰ ਤਾਂ ਝੰਡੇ ਦਿੱਤੇ ਸਨ, ਚੰਦ ਤਾਰੇ ਕਿੱਥੋਂ ਆ ਗਏ। ਅੱਗੋਂ ਪਰਿਵਾਰ ਨੇ ਨਾ ਫਿਰ ਸਾਰੀ ਗੱਲ ਦੱਸੀ, ਕਹਿੰਦੇ ਬਾਬਾ ਜੀ ਪਹਿਲੇ 2 ਬੱਚੇ ਹੋਏ, ਤੁਸੀਂ ਨਾਂ ਝੰਡਾ ਸਿੰਘ ਰੱਖਤੇ, ਸਾਨੂੰ ਨਾਂ ਨਹੀਂ ਸੀ ਪਸੰਦ ਆਏ, ਜਿਹੜੇ ਮਗਰਲੇ 2 ਬੱਚੇ ਹੋਏ ਅਸੀਂ ਤੁਹਾਡੇ ਕੋਲ ਲਿਆ ਹੀ ਨਹੀਂ, ਅਸੀਂ ਭੁਗਤੇ ਹੀ ਨਹੀਂ, ਅਸੀਂ ਉਹਨਾਂ ਦੇ ਨਾਂ ਆਪੇ ਹੀ ਰੱਖਤੇ, ਤੀਜੇ ਦਾ ਨਾਂ ਚੰਦ ਰੱਖਿਆ, ਚੌਥੇ ਦਾ ਤਾਰਾ ਰੱਖਿਆ, ਤੁਹਾਡੇ ਕੋਲ ਲਿਆਏ ਨਹੀਂ, ਭੁਗਤਾਇਆ ਹੀ ਨਹੀਂ। ਕਹਿੰਦੇ ਉਸ ਵੇਲੇ ਬਾਬਾ ਰਾਮ ਸਿੰਘ ਜੀ ਦੇ ਮੁੱਖ 'ਚੋਂ ਨਿਕਲਿਆ, ਕਹਿੰਦੇ ਓਏ ਹੋਏ 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 ਹੋਏ, ਨਹੀਂ ਸਮਝੇ ਨਹੀਂ ਸਮਝੇ, ਇੰਨੀ ਗੱਲ ਹੀ ਕਹੀ। ਪਰਿਵਾਰ ਕਈਆਂ ਨੂੰ ਪਤਾ ਨਹੀਂ ਹੁੰਦਾ, ਕਈ ਅਸੀਂ ਸਮਝਦੇ ਮਹਾਂਪੁਰਸ਼ਾਂ ਨੂੰ ਸ਼ਾਇਦ ਸਾਡਾ ਯਾਦ ਹੋਏਗਾ ਕਿ ਨਹੀਂ ਯਾਦ, ਪਰ ਯਾਦ ਰੱਖਣਾ ਜਿਹੜੇ ਕਮਾਈ ਵਾਲੇ ਮਹਾਂਪੁਰਖ ਨੇ। ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਆਖਦੇ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ, ਜਿਹੜੇ ਪੱਕੇ ਮਹਾਂਪੁਰਸ਼ ਨੇ ਪੂਰਨ ਕਮਾਈ ਵਾਲੇ, ਉਹਨਾਂ ਨੂੰ ਸਾਡਾ ਸਾਰੀ ਖਬਰ ਹੁੰਦੀ ਜੇ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਰੋਲਾ ਪਾਇਆ ਬੱਚਿਆਂ ਨੇ, ਜਨਾਨੀ ਨੇ ਆਖਿਆ, ਘਰ ਦੀ ਜਿਹੜੀ ਮਾਂ ਸੀ ਉਹਨੇ ਆਖਿਆ ਚੰਦ ਨਾ ਕਰ, ਤਾਰੇ ਨਾ ਕਰ। ਅਤੇ ਬਾਬਾ ਰਾਮ ਸਿੰਘ ਜੀ ਕਹਿਣ ਲੱਗੇ, ਓਏ ਇਹ ਚੰਦ ਤਾਰੇ ਕਿੱਥੋਂ ਆ ਗਏ, ਤੁਹਾਨੂੰ ਤਾਂ ਝੰਡੇ ਦਿੱਤੇ ਸਨ। ਆਖੋ ਵਾਹਿਗੁਰੂ, ਉਹਨਾਂ ਨੂੰ ਸਾਰਾ ਪਤਾ ਸੀ ਵੀ ਤੁਹਾਨੂੰ ਤਾਂ ਝੰਡੇ ਦਿੱਤੇ ਸਨ, ਚੰਦ ਤਾਰੇ ਕਿੱਥੋਂ ਆ ਗਏ। ਅੱਗੋਂ ਪਰਿਵਾਰ ਨੇ ਨਾ ਫਿਰ ਸਾਰੀ ਗੱਲ ਦੱਸੀ, ਕਹਿੰਦੇ ਬਾਬਾ ਜੀ ਪਹਿਲੇ 2 ਬੱਚੇ ਹੋਏ, ਤੁਸੀਂ ਨਾਂ ਝੰਡਾ ਸਿੰਘ ਰੱਖਤੇ, ਸਾਨੂੰ ਨਾਂ ਨਹੀਂ ਸੀ ਪਸੰਦ ਆਏ, ਜਿਹੜੇ ਮਗਰਲੇ 2 ਬੱਚੇ ਹੋਏ ਅਸੀਂ ਤੁਹਾਡੇ ਕੋਲ ਲਿਆ ਹੀ ਨਹੀਂ, ਅਸੀਂ ਭੁਗਤੇ ਹੀ ਨਹੀਂ, ਅਸੀਂ ਉਹਨਾਂ ਦੇ ਨਾਂ ਆਪੇ ਹੀ ਰੱਖਤੇ, ਤੀਜੇ ਦਾ ਨਾਂ ਚੰਦ ਰੱਖਿਆ, ਚੌਥੇ ਦਾ ਤਾਰਾ ਰੱਖਿਆ, ਤੁਹਾਡੇ ਕੋਲ ਲਿਆਏ ਨਹੀਂ, ਭੁਗਤਾਇਆ ਹੀ ਨਹੀਂ। ਕਹਿੰਦੇ ਉਸ ਵੇਲੇ ਬਾਬਾ ਰਾਮ ਸਿੰਘ ਜੀ ਦੇ ਮੁੱਖ 'ਚੋਂ ਨਿਕਲਿਆ, ਕਹਿੰਦੇ ਓਏ ਹੋਏ 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 ਹੋਏ, ਨਹੀਂ ਸਮਝੇ ਨਹੀਂ ਸਮਝੇ, ਇੰਨੀ ਗੱਲ ਹੀ ਕਹੀ। ਪਰਿਵਾਰ ਹੈਰਾਨ ਹੋ ਗਿਆ, ਪਤਾ ਸੀ ਇਹ ਕਮਾਈ ਵਾਲੇ ਮਹਾਂਪੁਰਖ ਨੇ, ਜੇ ਬਚਣ ਮੂੰਹੋਂ ਨਿਕਲਿਆ ਕੋਈ ਕਾਰਨ ਹੈ। ਬਾਬਾ ਜੀ ਕੀ ਨਹੀਂ ਸਮਝੇ? ਬਾਬਾ ਰਾਮ ਸਿੰਘ ਜੀ ਕਹਿਣ ਲੱਗੇ, ਨਹੀਂ ਨਹੀਂ ਸਮਝੇ ਨਹੀਂ ਸਮਝੇ। ਆਖੇ ਮਹਾਂਪੁਰਸ਼ੋ ਕੀ ਨਹੀਂ ਸਮਝੇ? ਅਤੇ ਉਸ ਵੇਲੇ ਬਾਬਾ ਜੀ ਕਹਿੰਦੇ, ਨਹੀਂ ਹੁਣ ਰਹਿਣ ਦਿਓ, ਜਾਣ ਦਿਓ, ਵੇਲਾ ਨਿਕਲ ਗਿਆ। ਕਹਿੰਦੇ ਨਹੀਂ ਬਾਬਾ ਜੀ, ਕੁਝ ਤਾਂ ਦੱਸੋ ਕੀ ਨਹੀਂ ਸਮਝੇ। ਅਤੇ ਬਾਬਾ ਰਾਮ ਸਿੰਘ ਜੀ ਕਹਿੰਦੇ, ਓਏ ਤੁਸੀਂ ਜਦੋਂ ਸਾਡੇ ਕੋਲ ਆਏ ਸੀ, ਬੱਚੇ ਸਾਡੀ ਝੋਲੀ 'ਚ ਪਾਏ ਸਨ, ਅਤੇ ਇੰਨੀ ਗੱਲ ਕਹੀ ਸੀ ਇਹਨਾਂ ਦੇ ਨਾਂ ਰੱਖੋ, ਅਸੀਂ ਬੱਚਿਆਂ ਦੇ ਮੱਥੇ ਪੜੇ ਸਨ, ਅਤੇ ਅਸੀਂ ਹੈਰਾਨ ਰਹਿ ਗਏ ਸਨ ਕਿ ਜਿਹੜੇ ਬੱਚੇ ਸਾਡੀ ਝੋਲੀ 'ਚ ਪਾਉਂਦੇ ਪਏ ਹੋ, ਇਹਨਾਂ ਦੀਆਂ ਤਾਂ ਉਮਰਾਂ ਹੀ ਨਹੀਂ ਹੈਗੀਆਂ। ਆਖੋ ਵਾਹਿਗੁਰੂ, ਤੁਹਾਡੇ ਘਰ ਜਿੰਨੀ ਔਲਾਦ ਹੋਣੀ ਸੀ
ਤੁਹਾਡੇ ਘਰ ਹੋਣ ਵਾਲੀ ਔਲਾਦ ਦੀ ਕਿਸੇ ਦੇ ਵੀ ਮੱਥੇ 'ਤੇ ਉਮਰ ਨਹੀਂ ਸੀ ਲਿਖੀ। ਉੱਤੋਂ ਬੱਚੇ ਸਾਡੀ ਝੋਲੀ 'ਚ ਪਾ ਤੇ, ਇਹਨਾਂ ਦੇ ਨਾਂ ਰੱਖੋ। ਫਿਰ ਅਸੀਂ ਸੋਚਿਆ ਚੱਲ ਨਾਂ ਕੀ ਰੱਖਣੇ ਨੇ, ਇਹਨਾਂ ਨੂੰ ਉਮਰਾਂ ਹੀ ਦੇ ਦਿੰਦੇ ਹਾਂ। ਇਸ ਕਰਕੇ ਤੁਹਾਡੇ ਬੱਚਿਆਂ ਦੇ ਨਾਂ ਨਹੀਂ ਸਨ ਰੱਖੇ, ਉਹਨਾਂ ਨੂੰ ਉਮਰਾਂ ਦਿੱਤੀਆਂ ਸਨ। ਕਿਉਂ? ਕਿਉਂਕਿ ਚੰਦ ਵੀ ਛੁੱਪ ਜਾਂਦੇ ਆ, ਤਾਰੇ ਵੀ ਛੁੱਪ ਜਾਂਦੇ ਨੇ, ਪਰ ਝੰਡੇ ਹਮੇਸ਼ਾ ਝੂਲਦੇ ਰਹਿੰਦੇ ਨੇ। ਕਦੀ ਨੋਟ ਕਰੋ, ਸੂਰਜ ਚੜ੍ਹੇ ਚੰਦ ਛੁੱਪ ਜਾਂਦਾ। ਕਦੀ ਨੋਟ ਕਰੋ, ਦਿਨ ਚੜ੍ਹੇ ਤਾਰੇ ਛੁੱਪ ਜਾਂਦੇ ਆ। ਮਹਾਂਪੁਰਸ਼ ਕਹਿੰਦੇ ਚੰਦ ਵੀ ਛੁੱਪ ਜਾਂਦਾ, ਤਾਰੇ ਵੀ ਛੁੱਪ ਜਾਂਦੇ ਆ, ਪਰ ਝੰਡੇ ਹਮੇਸ਼ਾ ਝੂਲਦੇ ਰਹਿੰਦੇ ਨੇ। ਉਹ ਸਹੀ ਮੈਨੇ 'ਚ ਉਹਨਾਂ ਦੇ ਨਾਂ ਨਹੀਂ ਸਨ ਰੱਖੇ, ਉਹਨਾਂ ਨੂੰ ਉਮਰਾਂ ਦਿੱਤੀਆਂ ਸਨ ਕਿ ਝੰਡੇ ਝੂਲਦੇ ਰਹਿਣ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਔਰ ਸਾਧ ਸੰਗਤ, ਉਹ ਪਰਿਵਾਰ ਨੇ ਬੜੀਆਂ ਬੇਨਤੀਆਂ ਕੀਤੀਆਂ, ਬੜੀਆਂ ਅਰਜੋਈਆਂ ਕੀਤੀਆਂ, ਬਾਬਾ ਜੀ ਹੁਣ ਬਖਸ਼ ਦਿਓ। ਮਹਾਂਪੁਰਸ਼ ਕਹਿੰਦੇ ਨਹੀਂ, ਹੁਣ ਵੇਲਾ ਨਿਕਲ ਗਿਆ। ਆਖੋ ਵਾਹਿਗੁਰੂ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਐਵੇਂ ਨਹੀਂ ਆਖਿਆ। ਔਰ ਅੱਜ ਵੀ ਇਤਿਹਾਸ ਪੜ੍ਹ ਲਓ, ਮੈਂ ਹੈਰਾਨ ਹਾਂ। ਸਮਾਂ ਬੀਤਿਆ, ਚਾਰ ਪੰਜਾਂ ਸਾਲਾਂ ਬਾਅਦ ਉਹ ਮਗਰਲੇ ਦੋਨੋਂ ਬੱਚੇ ਜਿਨ੍ਹਾਂ ਦੇ ਨਾਂ ਚੰਦ ਅਤੇ ਤਾਰਾ ਰੱਖੇ ਸਨ, ਦੋਨੋਂ ਚੜ੍ਹਾਈ ਕਰ ਗਏ। ਅਤੇ ਜਿਹੜੇ ਪਹਿਲੇ ਦੋ ਬੱਚੇ ਸਨ ਜਿਨ੍ਹਾਂ ਦਾ ਨਾਂ ਵੱਡਾ ਝੰਡਾ ਛੋਟਾ ਝੰਡਾ ਰੱਖਿਆ, ਉਹਨਾਂ ਦੀਆਂ ਲੰਮੀਆਂ ਉਮਰਾਂ ਹੋਈਆਂ, ਤਕਰੀਬਨ 100 ਦੀ ਉਮਰ ਵੀ ਟੱਪੇ। ਆਖੋ ਵਾਹਿਗੁਰੂ। ਔਰ ਇੰਨਾ ਹੀ ਨਹੀਂ ਕਿ ਬਾਬਾ ਜੀ ਨੇ ਉਹਨਾਂ ਨੂੰ ਕੇਵਲ ਉਮਰਾਂ ਦਿੱਤੀਆਂ। ਮੈਂ ਹੈਰਾਨ ਹਾਂ ਕਿ ਮਹਾਂਪੁਰਖ ਦਾ ਬਚਨ ਕਿੰਨਾ ਵਰਤਦਾ। ਬਾਬਾ ਜੀ ਨੇ ਕਿਹਾ ਝੰਡੇ ਹਮੇਸ਼ਾ ਝੂਲਦੇ ਰਹਿੰਦੇ ਨੇ, 100 ਸਾਲਾਂ ਦੀਆਂ ਉਮਰਾਂ ਵੀ ਭੋਗੀਆਂ। ਅਤੇ ਅੱਜ ਵੀ ਤੁਸੀਂ ਭੁੱਚੋ ਮੰਡੀ ਦਾ ਇਤਿਹਾਸ ਪੜ੍ਹੋ ਨਾ, ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਦਾ, ਅਤੇ ਹੈਰਾਨ ਹੋ ਜਾਈਦਾ। ਬਾਬਾ ਰਾਮ ਸਿੰਘ ਜੀ ਦੀ ਕੋਈ ਵੀ ਕਿਤਾਬ ਪੜ੍ਹ ਕੇ, 13 ਭਾਗ ਨੇ, ਅਤੇ 13 ਭਾਗ 'ਚ ਜਦੋਂ ਸਾਖੀਆਂ ਪੜ੍ਹੀ ਦੀਆਂ, ਹਰ ਸਾਖੀ ਦੇ ਥੱਲੇ ਲਿਖਿਆ ਹੁੰਦਾ ਇਹ ਸਾਖੀ ਵੱਡੇ ਝੰਡੇ ਸਿੰਘ ਤੋਂ ਪ੍ਰਾਪਤ ਹੋਈ, ਇਹ ਸਾਖੀ ਛੋਟੇ ਝੰਡੇ ਤੋਂ ਪ੍ਰਾਪਤ ਹੋਈ। ਉਹ ਦੋਨੋਂ ਭਰਾ, ਵੱਡਾ ਝੰਡਾ ਛੋਟਾ ਝੰਡਾ, ਉਹਨਾਂ ਨੇ ਬਾਬਾ ਜੀ ਦਾ ਇਤਿਹਾਸ ਲਿਖਣ 'ਚ ਯੋਗਦਾਨ ਪਾਇਆ। ਅਤੇ ਮੈਂ ਸੋਚਦਾ ਕੇਵਲ 100 ਸਾਲ ਦੀ ਉਮਰ ਹੀ ਨਹੀਂ ਦਿੱਤੀ, ਅੱਜ ਜਿਹੜਾ ਬਾਬਾ ਰਾਮ ਸਿੰਘ ਜੀ ਦਾ ਇਤਿਹਾਸ ਵੀ ਪੜ੍ਹਦਾ ਅਤੇ ਵੱਡੇ ਝੰਡੇ ਅਤੇ ਛੋਟੇ ਝੰਡੇ ਦਾ ਨਾਮ ਵੀ ਆ ਜਾਂਦਾ। ਆਖੋ ਵਾਹਿਗੁਰੂ, ਸਾਰੇ ਆਖੋ ਜੀ। ਇਹੋ ਜਿਹੀਆਂ ਕਮਾਈਆਂ ਵਾਲੇ ਮਹਾਂਪੁਰਸ਼, ਐਸੀਆਂ ਬੰਦਗੀਆਂ ਵਾਲੇ ਮਹਾਂਪੁਰਸ਼, ਜਿਨ੍ਹਾਂ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉਹ ਉਹਨਾਂ ਮਹਾਂਪੁਰਸ਼ਾਂ ਦੇ ਦਿਨ ਆਪਾਂ ਮਨਾ ਰਹੇ ਹਾਂ, ਅਤੇ ਅਰਦਾਸ ਕਰੋ ਕਿਤੇ ਅਸੀਂ ਵੀ ਕਿਣਕਾ ਲੈ ਜਾਈਏ। ਆਖੋ ਵਾਹਿਗੁਰੂ। ਜੁੜੇ ਵਾਲਿਆਂ ਨੂੰ ਯਾਦ ਕਰਾਂਗੇ, ਜੁੜਿਆਂ ਨੂੰ, ਅੰਦਰ ਸਾਡਾ ਵੀ ਕਿਤੇ ਜੁੜ ਜਾਵੇ, ਅੰਦਰ ਸਾਡੇ ਵੀ ਕਿਤੇ ਘਾਲਣਾ ਵਾਲੀ ਅਵਸਥਾ ਸਾਡੀ ਵੀ ਕਿਤੇ ਬਣੇ। ਆਓ ਇਸ ਮੌਕੇ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।